ਰਲਕੇ ਫਤਿਹ ਦੀ ਸਾਂਝ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਣਾ, ਬਸ ਕੁਛ ਕੁ ਗੱਲਾਂ ਜਿਹੜੀਆਂ ਇਸ ਟਾਈਮ ਜ਼ਰੂਰੀਆਂ ਨੇ, ਜਿਹੜੀਆਂ ਮੈਨੂੰ ਮਹਿਸੂਸ ਹੁੰਦੀਆਂ ਨੇ ਫੈਮਿਲੀ ਦੇ ਨਾਲ ਰਹਿੰਦੇ ਹੋਏ, ਉਹ ਆਹਾਂ ਨੇ ਇਸ ਟਾਈਮ ਆਪਣੇ ਹੀ ਲੋਕ ਸਾਡੇ ਤੋਂ ਮੂੰਹ ਮੋੜ ਰਹੇ ਨੇ, ਆਪਣੇ ਹੀ ਘਰ ਦੇ ਮੈਂਬਰ, ਚਾਹੇ ਉਹ ਸਾਡੀ ਮੇਰੀ ਮਦਰ ਹੋਵੇ, ਮੇਰੇ ਫਾਦਰ ਹੋਣ, ਤੁਹਾਡੇ ਵੀ ਅਸ ਹਰ ਇੱਕ ਬੰਦਾ ਰਿਲੇਟ ਕਰ ਸਕਦਾ ਇਸ ਚੀਜ਼ ਨੂੰ, ਉਹਨਾਂ ਨੂੰ ਕਿੱਦਾਂ ਆਪਣੇ ਨਾਲ ਲੈ ਕੇ ਅਸੀਂ ਚੱਲਣਾ। ਜਿੱਦਾਂ ਅਸੀਂ ਕਹਿੰਦੇ ਹਾਂ, ਸਾਨੂੰ ਬੇਸ ਬਣਾਉਣਾ ਪੈਣਾ ਹਰ ਇੱਕ ਚੀਜ਼ ਦਾ। ਜੇ ਆਪਾਂ ਤਤਪੜ ਅੱਜ ਕਰੂੰਗੇ, ਠੀਕ ਹੈ, ਸਾਡੇ ਜੋ ਜੋਸ਼ ਹੈਗਾ ਉਹ ਚਾਹੀਦਾ ਵੀ ਹੈ, ਬਟ ਸਭ ਤੋਂ ਪਹਿਲਾਂ ਜਿਹੜਾ ਇਸ ਟਾਈਮ ਸਾਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆਹ ਹੈ, ਅਸੀਂ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਕਿੱਦਾਂ ਚੱਲੀਏ। ਹੁਣ ਮੈਨੂੰ ਪਤਾ, ਮੈਂ ਮੇਰੀ ਫੈਮਿਲੀ ਨੂੰ ਲੈ ਕੇ ਸਾਰਿਆਂ ਨੂੰ ਕਿੰਨਾ, ਮੈਂ ਇੰਡੀਆ ਫੋਨ ਚੱਲਦਾ ਮੇਰਾ ਸਿਰਫ ਇਸੇ ਗੱਲ ਕਰਕੇ ਵੀ ਉਹਨਾਂ ਨੂੰ ਨਾਲ ਲੈ ਕੇ ਚੱਲੀਏ। ਡਰ ਜਿਹੜਾ ਉਹਨਾਂ ਦੇ ਮਨਾਂ 'ਚ ਬੈਠਿਆ ਹੋਇਆ, ਸਭ ਤੋਂ ਪਹਿਲਾਂ ਤੁਹਾਨੂੰ ਬਾਣੀ ਤਾਕਤ ਦਿੰਦੀ ਹੈ ਜੋ ਤੁਸੀਂ ਬਾਣੀ ਪੜ੍ਹਦੇ ਹੈ। ਹੁਣ ਜਿਹੜਾ ਬੰਦਾ ਨਿਤਨੇਮ ਕਰੂਗਾ, ਬਾਣੀਆਂ ਪੜੂਗਾ, ਚੰਡੀ ਦੀ ਵਾਰ ਪੜੂਗਾ, ਤੇ ਉਹ ਜਲਾਲ ਤਾਂ ਫਿਰ ਆਉਣਾ ਹੀ ਹੈ, ਇੱਦਾਂ ਫਿਰ ਤੁਸੀਂ ਰੁਕਣ ਵਾਲੇ ਨਹੀਂ ਹੈਗੇ। ਤੇ ਉਹਨਾਂ ਨੂੰ ਅਸੀਂ ਨਹੀਂ, ਜਿੰਨਾ ਆਪਾਂ ਕਰ ਸਕਦੇ ਉਹਨਾਂ ਨੂੰ ਜੋੜਨਾ ਆ ਅਸੀਂ। ਤੇ ਦੂਜੀ ਗੱਲ, ਜਿੱਥੇ ਵੀ ਅਸੀਂ ਰਹਿੰਦੇ ਹਾਂ, ਨਾਲ ਦੇ ਨਾਲ ਚਾਹੇ ਅਸੀਂ ਕਿਸੇ ਗੁਰੂ, ਜਿੱਥੇ ਵੀ ਜਿਹੜੇ ਵੀ ਗੁਰੂ ਘਰ ਤੁਸੀਂ ਜਾਂਦੇ ਹੋ, ਜੇ ਉਹ ਨਹੀਂ ਬੇਨਤੀਆਂ ਅਰਦਾਸਾਂ ਕਰਦੇ, ਤੁਹਾਡਾ ਫਰਜ਼ ਬਣਦਾ ਆ। ਅਸੀਂ ਗੁਰੂ ਘਰ ਦੇ ਕੁੱਕਰ ਆ, ਭੌਂਕਣਾ ਸਾਡਾ ਕੰਮ ਆ। ਉਹ ਕਹਿੰਦੇ ਆ ਤੁਹਾਡਾ ਦਿਮਾਗ ਖਰਾਬ ਹੈ, ਤੇ ਠੀਕ ਹੈ ਸਾਡਾ ਹੈਗਾ, ਅਸੀਂ ਗੁਰੂ ਘਰ ਦੇ ਕੁੱਕਰ ਆ, ਤੇ ਅਸੀਂ ਕੁੱਕਰ ਹੀ ਆ, ਸਾਨੂੰ ਆਹੀ ਅਹੁਦਾ ਦੇ ਕੇ ਰੱਖੋ, ਅਸੀਂ ਵੱਡੇ ਨਹੀਂ ਹੈਗੇ। ਤੇ ਜਿੰਨਾ ਤੁਸੀਂ ਪ੍ਰਚਾਰ ਕਰ ਸਕਦੇ ਹੋ ਇਸ ਟਾਈਮ, ਨਹੀਂ ਕੋਈ ਅਰਦਾਸ ਬੇਨਤੀਆਂ ਕਰਦਾ, ਸਾਡਾ ਫਰਜ਼ ਬਣਦਾ ਆ ਗੁਰੂ ਦਾ ਸਿੱਖ ਹੋਣ ਦਾ, ਵੀ ਅਸੀਂ ਗੁਰੂ ਘਰ ਜਾਂਦੇ ਹਾਂ, ਜਿੰਨੇ ਵੀ ਸਾਨੂੰ ਸੰਗਤ 'ਚ ਚਾਰ ਬੰਦੇ ਮਿਲਦੇ ਨੇ, ਪੰਜ, ਜਿੰਨੇ ਵੀ, ਅਸੀਂ ਪੂਰਾ ਪ੍ਰਚਾਰ ਕਰੀਏ ਵੀ ਇਸ ਟਾਈਮ ਪੰਥ ਨੂੰ ਸਾਡੀ ਲੋੜ ਹੈ। ਜਦੋਂ ਤੇ ਇੱਕ ਗੱਲ ਹੋਰ, ਮੇਰੇ ਫਾਦਰ ਖੁਦ ਲੈਂਡ ਲੋਰਡ ਨੇ, ਅਸੀਂ ਜ਼ਮੀਨਾਂ ਸੀ ਹੈਗੇ ਨੇ, ਸਾਰੇ ਜ਼ਮੀਨ ਵਾਲੇ ਨੇ। ਜਦੋਂ ਪ੍ਰੋਟੈਸਟ ਹੋਇਆ ਸੀਗਾ, ਮੇਰਾ ਬ੍ਰਦਰ ਖੁਦ ਜਦੋਂ ਲਾਲ ਕਿਲੇ ਦਾ ਇੰਸੀਡੈਂਟ ਹੋਇਆ ਸੀਗਾ, ਉਹਦੀ ਪਿਕਚਰਾਂ ਸਾਹਮਣੇ ਆਈਆਂ ਸੀਗੀਆਂ, ਉਹ ਉੱਥੇ ਸੀਗਾ। ਤੇ ਅੱਜ ਮੈਨੂੰ ਕਹਿੰਦੇ ਨੇ ਵੀ ਨਹੀਂ ਬੋਲਣਾ, ਕਿਉਂ, ਤੁਹਾਡੀ ਜ਼ਮੀਨਾਂ ਜਾਂਦੀਆਂ ਸੀਗੀਆਂ, ਤੁਹਾਨੂੰ ਫਿਕਰ ਸੀਗੀ, ਅੱਜ ਪੰਥ ਨੂੰ ਤੁਹਾਡੀ ਲੋੜ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਜੀ ਹਾਜ਼ਰ ਨਾਜ਼ਰ, ਉਹਨਾਂ ਨੂੰ ਮੰਨ ਕੇ ਸੋਚੋ, ਜ਼ਮੀਨਾਂ ਤੁਹਾਡੀਆਂ ਕੀ ਕਰੂੰਗੀਆਂ ਜਦੋਂ ਤੁਹਾਡੀ ਨਸਲਾਂ ਹੀ ਮੁੱਕ ਗਈਆਂ। ਇਸ ਟਾਈਮ ਜਦੋਂ ਤੁਹਾਨੂੰ ਜ਼ਮੀਨਾਂ ਚਾਹੀਦੀਆਂ ਸੀਗੀਆਂ, ਤੁਸੀਂ ਲਲਕਾਰੇ, ਠੀਕ ਹੈ, ਤੁਹਾਨੂੰ ਚਾਹੀਦੀਆਂ ਨੇ, ਹੁਣ ਤੁਹਾਨੂੰ ਆਪਣੀ ਨਸਲਾਂ ਬਚਾਉਣੀ ਹੈ ਕਿ ਨਹੀਂ, ਹੁਣ ਆ ਤੁਸੀਂ ਸੋਚੋ। ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਜੋੜ ਕੇ ਚੱਲੀਏ ਉਹਨਾਂ ਨੂੰ, ਆਹੀ ਚਾਹੁੰਦੇ ਨੇ ਕਿ ਵੀ ਹਾਂ ਵੱਖਰੇ ਹੋਈਏ। ਤੇ ਸਭ ਤੋਂ ਵੱਧ ਮੀਡੀਆ ਦਾ ਆ, ਸਾਡਾ ਮੀਡੀਆ ਇੰਨਾ ਸਟਰੋਂਗ ਨਹੀਂ ਹੈਗਾ, ਸਾਡੇ 'ਚ ਆ ਕਮੀਆਂ ਹੈਗੀਆਂ ਨੇ, ਬਟ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ, ਇਸ ਟਾਈਮ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਜੀ ਪਵਨਜੀਤ ਕੌਰ ਦਾ। ਸੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੀਆਂ ਬੱਚੀਆਂ ਵੀ ਅੱਗੇ ਆ ਕੇ ਇੱਦਾਂ ਦੇ ਕਾਰਜਾਂ ਦੇ ਵਿੱਚ ਹਿੱਸਾ ਲੈਂਦੀਆਂ ਹਨ। ਸੋ ਗੁਰੂ ਸਾਹਿਬ ਜੀ ਰਹਿਮਤ ਕਰਨ। ਸੋ ਜੀ ਅਗਲੇ ਬੁਲਾਰੇ ਹਨ ਭਾਈ ਜਸਵੀਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਕੋਲ ਪਹੁੰਚਣ, ਭਾਈ ਜਸਵੀਰ ਸਿੰਘ ਜੀ। ਸੋ ਇਹਨਾਂ ਤੋਂ ਉਪਰੰਤ ਭਾਈ ਸਰੂਪ ਸਿੰਘ ਜੀ, ਉਹ ਵੀ ਸਾਡੇ ਕੋਲ ਬੈਠੇ ਹੋਏ ਹਨ, ਉਹ ਵੀ ਤਿਆਰ ਹਨ। ਸੋ ਆਓ ਜੀ ਭਾਈ ਜਸਵੀਰ ਸਿੰਘ ਜੀ ਦੇ ਵਿਚਾਰ ਸ਼੍ਰਵਣ ਕਰਦੇ ਹਾਂ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸੰਗਤ ਜੀ ਮੈਨੂੰ ਮਾਫ ਕਰਦਾ, ਮੈਂ ਅੱਜ ਅੰਗਰੇਜ਼ੀ 'ਤੇ ਗੱਲ ਕਰਦੀ ਹਾਂ, ਮੈਨੂੰ ਪਤਾ ਇਹ ਬਹੁਤ ਮਾੜੀ ਗੱਲ ਆ, ਮੈਂ ਚੰਗੀ ਤਰ੍ਹਾਂ ਪੰਜਾਬੀ 'ਚ ਨਹੀਂ ਗੱਲ ਕਰ ਸਕਦਾ, ਪਰ ਮੈਨੂੰ ਅੱਧਾ ਘੰਟਾ ਲਊਂਗਾ ਜੇ ਮੈਂ ਪੰਜਾਬੀ 'ਚ ਗੱਲ ਕਰਨਾ, ਨਹੀਂ ਇੰਗਲਿਸ਼ ਦਾ 5 ਮਿੰਟ ਦਾ ਹੀ ਗੱਲ ਕਰ ਸਕਦਾ। ਮੇਰਾ ਸਹਿਬਾ ਹੀ ਹੈਗਾ ਇੰਗਲਿਸ਼ ਮੀਡੀਆ 'ਤੇ, ਤਾਂ ਫਿਰ ਸ਼ਾਇਦ ਠੀਕ ਹੋਵਾਂ। ਜੇ ਕਿਸੇ ਨੇ ਨਹੀਂ ਸਮਝ ਆਉਂਦੀ ਆ, ਮੈਨੂੰ ਬਾਅਦ 'ਚ ਪੁੱਛ ਲਓ, ਮੈਨੂੰ 1-on-1 ਥੋੜ੍ਹਾ ਜਿਹਾ ਈਜ਼ੀ ਆ ਲੱਗਦਾ। ਮੇਰਾ ਨਾਮ ਹੈਗਾ ਜਸਵੀਰ ਸਿੰਘ, ਆਈ ਵਰਕ ਫੋਰ ਦ ਸਿੱਖ ਪ੍ਰੈਸ ਐਸੋਸੀਏਸ਼ਨ। This was an organization started by the late great Bhai Jugraj Singh of Basics of Sikhi to connect with Western English speaking media about Panthic issues. My seva is not to give you guys news, my seva is to give your news to Western media. And we have all heard media mentioned now in this day and age, especially now in current situations, as a very important topic. One of the reasons we need to understand why it is so important is because
it isn't that we're just trying to persuade the media or the Western world that we're so good or we're so great. It's actually because in events like this, there's less Sangat, there's less of the Sikh Qaum, whether it's Canada or the UK, that are listening to the people speaking on stages like this than they are listening to CBC, BBC, Global News. Global News, CBC, and all of those entities have more influence on the average Sikh than the people.